ਸਿਆਸਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੀਗਾ, ਹੁਣ ਕੀ ਸੋਚਦੇ ਹੋ, ਪਹਿਲਾਂ ਕੀ ਸੋਚਦੇ ਸੀ ਸਿਆਸਤ ਦੇ ਵਿੱਚ, MLA ਫਿਰ ਮੰਤਰੀ, ਇਹ ਸਾਰਾ ਕੁਝ ਕਿੱਦਾਂ ਹੋ ਰਿਹਾਗਾ? ਇੱਕ ਸੁਪਨੇ ਵਾਂਗੂ ਲੱਗ ਰਿਹਾ ਜਾਂ ਤੁਹਾਨੂੰ ਲੱਗਦਾ ਸੀ, ਸੋਚਿਆ ਸੀ ਕਿ ਇਦਾਂ ਜਾਓਗੇ, ਕੀ ਸੀਗਾ ਸਰ? ਨਹੀਂ, ਸੁਪਨੇ ਵਾਂਗੂ ਲੱਗ ਰਿਹਾ ਹੈ, ਪਰ ਫਿਰ ਵੀ ਜੋ ਲੋਕਾਂ ਕੋਲ ਜਦੋਂ ਜਾਂਦੇ ਸੀਗੇ, ਲੋਕ ਜਿਸ ਤਰ੍ਹਾਂ ਉਮੀਦਾਂ ਦੇ ਨਾਲ ਆਸਾਂ ਦੇ ਨਾਲ ਸਾਨੂੰ ਸੁਣਦੇ ਸੀਗੇ, ਸਾਡੀ ਗੱਲ ਸੁਣਦੇ ਸੀਗੇ, ਸਮਝਦੇ ਸੀਗੇ, ਉਸ ਤੋਂ ਲੱਗਦਾ ਹੀ ਸੀਗਾ ਕਿ ਪੰਜਾਬ ਦੇ ਵਿੱਚ ਐਬਸੋਲਿਊਟ ਮੈਜੋਰਿਟੀ ਜਿਹੜੀ ਆ ਉਹ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਦੇਣ ਜਾ ਰਹੀ ਹੈ, ਤੇ ਉਸੇ ਤਰ੍ਹਾਂ ਹੋਇਆ। MLA ਬਣ ਕੇ ਜ਼ਿੰਮੇਵਾਰੀ ਤੁਸੀਂ ਪਹਿਲਾਂ ਕਹਿ ਸੀ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ, ਹੁਣ ਮੰਤਰੀ ਬਣ ਗਏ ਹੋ, ਪੂਰੇ ਪੰਜਾਬ ਦੇ ਮੰਤਰੀ ਬਣੋਗੇ, ਕੀ ਲੱਗਦਾ ਕੀ ਹੈ ਜ਼ਿੰਮੇਵਾਰੀ ਕਿਸ ਤਰੀਕੇ ਨਾਲ ਚੁੱਕੋਗੇ? ਜ਼ਿੰਮੇਦਾਰੀ ਦੇਖੋ, ਪਹਿਲੇ ਤਾਂ ਕੰਸਟੀਚੁਐਂਸੀ ਤੱਕ ਜ਼ਿੰਮੇਵਾਰੀ ਸੀ, ਹੁਣ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਆ। ਲੱਗਦਾ ਆ ਕਿ ਅਸੀਂ ਇਹ ਜਿਹੜੀਆਂ ਜ਼ਿੰਮੇਦਾਰੀਆਂ ਮਿਲੀਆਂ ਨੇ, ਇਹਨੂੰ ਸਾਰੇ ਰਲ ਮਿਲ ਕੇ ਆਪਣੇ ਵਲੰਟੀਅਰਸ ਦੇ ਨਾਲ, ਆਪਣੇ ਅਹੁਦੇਦਾਰਾਂ ਦੇ ਨਾਲ, ਆਪਣੇ ਆਫੀਸਰਸ ਦੇ ਨਾਲ, ਜੋ ਵੀ ਇੰਪਲੋਈਜ਼ ਵਿਭਾਗਾਂ ਦੇ ਹੋਣਗੇ, ਉਹਨਾਂ ਨਾਲ ਰਲ ਕੇ ਇਹ ਜਿਹੜੀ ਜ਼ਿੰਮੇਵਾਰੀ ਆ ਇਹਨੂੰ ਪੂਰਾ ਕਰਾਂਗੇ। ਧੰਨਵਾਦ ਹਰਪੰਚ ਸਿੰਘ ਜੀ, ਤਾਂ ਜਿੱਤ ਕੇ ਆਏ ਸੀ ਜੰਡਿਆਲਾ ਗੁਰੂ ਤੋਂ, ਤੇ ਇਸ ਵਾਰ ਜਿਹੜੇ ਕੈਬਨਿਟ ਮੰਤਰੀ, ਪਹਿਲੀ ਵਾਰੀ ਕੈਬਨਿਟ ਮੰਤਰੀ ਉਹ ਬਣ ਚੁੱਕੇ ਨੇ, ਤੇ ਇੱਧਰ ਤੁਸੀਂ ਵੇਖੋਗੇ ਕਿ ਜਿਹੜੇ ਇਸ ਵੇਲੇ ਕੈਬਨਿਟ ਮੰਤਰੀ ਬਣੇ ਨੇ ਉਹ ਖੜੇ ਨੇ, ਤੇ ਹਰਪਾਲ ਸਿੰਘ ਚੀਮਾ ਹੋਰੀ ਉਹ ਵੀ ਖੜੇ ਨੇ, ਤੇ ਬਾਕੀ ਵੀ ਜਿਹੜੇ ਉਹ ਇੱਥੇ ਖੜੇ ਨੇ। ਗੱਲਬਾਤ ਇਹਨਾਂ ਨਾਲ ਵੀ ਕਰਾਂਗੇ। ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੇਰੇ 'ਚ ਭਰੋਸਾ ਪ੍ਰਗਟ ਕੀਤਾ ਗਾ। ਜਿੰਨੀਆਂ ਪ੍ਰਾਇਓਰਟੀਜ਼ ਸਾਡੀਆਂ ਪ੍ਰਾਇਓਰਟੀਜ਼ ਨੇ, ਜਿਹੜੀਆਂ ਗਰੰਟੀਆਂ ਨੇਗੀਆਂ, ਸਾਡੀਆਂ ਗਰੰਟੀਆਂ ਸਾਡੀਆਂ ਪ੍ਰਾਇਓਰਟੀਜ਼ ਨੇਗੀਆਂ, ਸਾਡੇ ਜਿਹੜੇ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਨੇਗੇ ਉਹ ਸਾਡੀਆਂ ਪ੍ਰਾਇਓਰਟੀਜ਼ ਨੇਗੀਆਂ। ਸਾਡਾ ਕੰਮ ਸ਼ੁਰੂ ਹੋ ਚੁੱਕਿਆ ਗਾ, ਤੁਸੀਂ ਬਿਲਕੁਲ ਇੱਕ ਮਹੀਨੇ ਦੇ ਵਿੱਚ ਪੰਜਾਬ ਵਿੱਚ ਵੱਡਾ ਬਦਲਾਅ ਦੇਖੋਗੇ। ਜਿਹੜਾ ਐਂਟੀ ਕਰਪਸ਼ਨ, ਕਰਪਸ਼ਨ ਨੂੰ ਰੋਕਣ ਦੇ ਲਈ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਜਾ ਰਿਹਾ ਹੈਗਾ, ਤੁਹਾਨੂੰ ਲੱਗਦਾ ਕਿ ਇਹ ਸਾਰਥਕ ਤਰੀਕਾ ਹੈਗਾ? ਕਿਉਂਕਿ ਬਹੁਤ ਜ਼ਿਆਦੀਆਂ ਹਜ਼ਾਰਾਂ ਲੱਖਾਂ, ਮਤਲਬ ਤੁਸੀਂ ਆਪਣੀ ਕੈਂਪੇਨ ਦੇ ਦੌਰਾਨ ਇਹ ਸਾਰਾ ਕਿਹਾ ਵੀ ਪੰਜਾਬ ਕਰਪਸ਼ਨ ਦੇ ਵਿੱਚ ਡੁਬਾ ਦਿੱਤਾ ਰਿਵਾਇਤੀ ਪੋਲੀਟਿਕਸ ਨੇ, ਹੁਣ ਤੁਹਾਨੂੰ ਕਿ ਹੈਲਪਲਾਈਨ ਨੰਬਰ ਇਹ ਇੱਕ ਸਹੀ ਸਾਰਥਕ ਤਰੀਕਾ ਹੈਗਾ, ਪ੍ਰੈਕਟੀਕਲ ਵੇ ਹੈਗਾ? ਬਿਲਕੁਲ, ਇਹ ਪ੍ਰੈਕਟੀਕਲ ਵੇ ਆ, ਬੜਾ ਅੱਛਾ ਤਰੀਕਾ ਹੈਗਾ। ਜਿੰਨੀਆਂ ਵੀ ਕੰਪਲੇਂਟਸ ਆਉਣਗੀਆਂ, ਇੱਕ ਮੈਕਨਿਜ਼ਮ ਤਿਆਰ ਕਰਾਂਗੇ, ਉਹਨਾਂ ਕੰਪਲੇਂਟਾਂ ਦੇ ਵਿੱਚ 24 ਘੰਟੇ ਕੰਮ ਹੋਇਆ ਕਰੂਗਾ। ਔਰ ਕਰਪਸ਼ਨ, ਪਹਿਲੀ ਗੱਲ ਤਾਂ ਮੈਂ ਸਮਝਦਾ ਬਹੁਤ ਸਾਰੀ ਕਰਪਸ਼ਨ ਤਾਂ ਹੁਣੀ ਖਤਮ ਹੋ ਗਈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਦੀ ਸਰਕਾਰ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ, ਪਰ ਲੇਕਿਨ ਅਸੀਂ ਬਿਲਕੁਲ 100% ਕਰਪਸ਼ਨ ਨੂੰ ਖਤਮ ਕਰਨ ਦਾ ਅਹਿਦ ਲਿਆ ਗਾ, ਕਸਮ ਲਈਆ ਔਰ ਵਾਅਦਾ ਕੀਤਾ ਗਾ, ਉਹਦੇ 100% ਖਰੇ ਉਤਰਾਂਗੇ। ਹਰਪਾਲ ਸਿੰਘ ਚੀਮਾ ਕਹਿ ਰਹੇ ਨੇ ਕਿ ਜਿਹੜੇ ਗਰੰਟੀਆਂ ਕੇਜਰੀਵਾਲ ਸਾਹਿਬ ਨੇ ਦਿੱਤੀਆਂ ਨੇ, ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ, ਉਹਨਾਂ ਨੂੰ ਪੂਰਾ ਅਸੀਂ ਕਰਾਂਗੇ, ਤੇ ਉਹਨਾਂ ਨੂੰ ਪੂਰਾ ਕਰਨ ਦੀ ਗੱਲਬਾਤ ਉਹ ਆਖ ਰਹੇ ਨੇ। ਤਾਂ ਜਿਹੜੇ ਬਾਕੀ ਵੀ ਜਿਹੜੇ ਇਸ ਵੇਲੇ ਕੈਬਨਿਟ ਮੰਤਰੀ ਬਣੇ ਨੇ ਤਾਂ ਉਹ ਇੱਥੇ ਮਸ਼ਰੂਫ ਨੇ, ਗੱਲਬਾਤ ਉਹਨਾਂ ਦੀ ਹੋ ਰਹੀ ਹੈ, ਕਿਉਂਕਿ ਲੋਕ ਇਸ ਵੇਲੇ ਪੰਜਾਬ ਦੇ ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ, ਜਾਣਨਾ ਚਾਹੁੰਦੇ ਨੇ, ਉਹਨਾਂ ਦਾ ਵਿਜ਼ਨ ਜਾਣਨਾ ਚਾਹੁੰਦੇ ਨੇ ਕਿ ਆਖਰ ਉਹ ਕੀ ਸੋਚਦੇ ਨੇ, ਪੰਜਾਬ ਨੂੰ ਕਿਹੜੇ ਕਿੱਧਰ ਲੈ ਕੇ ਜਾਣਗੇ। ਤਾਂ ਇਹਨਾਂ ਨਾਲ ਵੀ ਆਪਾਂ ਗੱਲਬਾਤ ਉਹ ਕਰਾਂਗੇ। ਲਾਲਜੀਤ ਭੁੱਲਰ ਸਾਹਿਬ ਪੱਟੀ ਤੋਂ ਚੁਣ ਕੇ ਆਏ ਨੇ, ਆਦੇਸ਼ ਪ੍ਰਤਾਪ ਕੈਰੋ ਹੋਰਾਂ ਨੂੰ ਹਰਾਇਆ, ਪਹਿਲੀ ਵਾਰ ਜਿਹੜੇ ਉਹ ਚੁਣ ਕੇ ਆਏ ਸੀ, ਤੇ ਇਹਨਾਂ ਨਾਲ ਵੀ ਗੱਲਬਾਤ ਉਹ ਕਰਾਂਗੇ। ਤੇ ਇਹ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਰਾਜ ਭਵਨ ਦੇ ਵਿੱਚ, ਜਿੱਥੇ ਕਿ ਕੈਬਨਿਟ ਮੰਤਰੀ ਜਿਹੜੇ ਬਣੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਆਏ ਨੇ, ਤੇ ਨਾਲ ਦੀ ਨਾਲ ਬਾਕੀ ਇਹਨਾਂ ਦੇ ਦੋਸਤ ਮਿੱਤਰ ਨੇ ਉਹ ਇੱਥੇ ਪਹੁੰਚੇ ਹੋਏ ਨੇ। ਤੇ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਸਾਹਿਬ ਉਹ ਜਿੱਤ ਕੇ ਆਏ ਨੇ, ਗੱਲਬਾਤ ਲਾਲਜੀਤ ਭੁੱਲਰ ਸਾਹਿਬ ਜਿੱਤ ਕੇ ਆਏ ਨੇ, ਤਾਂ ਇਹਨਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ। ਤਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ, ਨਵੇਂ ਚਿਹਰਿਆਂ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚ ਮੌਕਾ ਆਮ ਆਦਮੀ ਪਾਰਟੀ ਨੇ ਦਿੱਤਾ ਹੈ। ਨਵੇਂ ਚਿਹਰੇ ਕੀ ਕਰਨਗੇ, ਕਿਸ ਤਰੀਕੇ ਦੀ ਰਾਜਨੀਤੀ ਦੇ ਵਿੱਚ ਬਦਲਾਵ ਦੀ ਗੱਲ ਉਹ ਪੰਜਾਬ ਦੇ ਲੋਕ ਆਖ ਰਹੇ ਸੀ, ਉਹ ਰਾਜਨੀਤੀ 'ਚ ਬਦਲਾਵ ਕਿਸ ਤਰੀਕੇ ਦੇ ਨਾਲ ਆਏਗਾ, ਇਹ ਨਵੇਂ ਚਿਹਰੇ ਕਿਸ ਤਰੀਕੇ ਦੇ ਨਾਲ ਪਰਫੋਰਮ ਕਰਨਗੇ, ਕਿਉਂਕਿ ਰਾਜਨੀਤੀ ਦੇ ਵਿੱਚ ਜੇ ਕਹੀਏ ਕਿ ਵਿਧਾਨ ਸਭਾ ਦੇ ਵਿੱਚ ਚੁਣ ਕੇ ਵੀ ਪਹਿਲੀ ਵਾਰ ਆਏ ਨੇ, ਤਾਂ ਪਹਿਲੀ ਵਾਰ ਵਿਧਾਨ ਸਭਾ ਚੁਣ ਕੇ ਆਏ ਨੇ, ਤਾਂ ਪਹਿਲੀ ਵਾਰੀ ਕੈਬਨਿਟ ਮੰਤਰੀ ਉਹ ਬਣ ਗਏ ਨੇ, ਉਸ ਤੋਂ ਬਾਅਦ ਕਿਸ ਤਰੀਕੇ ਦਾ ਪਰਫੋਰਮ ਇਹ ਕਰਨਗੇ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਨੇ, ਪੰਜਾਬ ਦੇ ਲੋਕਾਂ ਨੂੰ ਆਸਾਂ ਬਹੁਤ ਨੇ ਕਿ ਵਾਅਦੇ ਬਹੁਤ ਕੀਤੇ ਹੋਏ ਨੇ ਆਮ ਆਦਮੀ ਪਾਰਟੀ ਨੇ, ਗੱਲਾਂ ਬਹੁਤ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਬੂਰ ਕਦੋਂ ਪਏਗਾ, ਕਦੋਂ ਜਾ ਕੇ ਉਹ ਵਾਅਦੇ ਪੂਰੇ ਹੋਣਗੇ, ਕਿਉਂਕਿ ਇਸ ਵੇਲੇ ਪੰਜਾਬ ਜਿਸ ਤਰੀਕੇ ਦੀ ਸਥਿਤੀ ਦੇ ਵਿੱਚ ਫਸਿਆ ਹੋਇਆ, ਪੰਜਾਬ ਦੇ ਵਿੱਚ ਆਰਥਿਕ ਸੰਕਟ ਹੈ, ਉਸ ਨੂੰ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਬਾਹਰ ਕੱਢ ਪਾਏਗੀ, ਤੇ ਨਾਲ ਦੀ ਨਾਲ ਸਿਹਤ ਸਹੂਲਤ ਸਿੱਖਿਆ ਦੀ ਗੱਲਬਾਤ ਆਮ ਆਦਮੀ ਪਾਰਟੀ ਕਰਦੀ ਹੈ, ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਉਹ ਦੂਰ ਕੀਤਾ ਜਾਏਗਾ, ਚੰਗਾ ਪ੍ਰਦਰਸ਼ਨ ਜਿਹੜਾ ਉਹ ਇੱਥੇ ਕੀਤਾ ਜਾਏਗਾ। ਰਾਜ ਭਵਨ ਦੇ ਵਿੱਚ ਤੁਹਾਨੂੰ ਵਿਖਾ ਰਹੇ ਹਾਂ, ਜਿੱਥੇ ਤੁਸੀਂ ਲਾਈਵ ਦੇਖ ਰਹੇ ਹੋ ਦ੍ਰਿਸ਼, ਜਿੱਥੇ ਕਿ ਕੈਬਨਿਟ ਜਿਹੜੇ ਚੁਣੇ ਗਏ ਨੇ
ਉਹ ਗੱਲਬਾਤ ਉਹ ਕਰ ਰਹੇ ਨੇ। ਹਰਜੋਤ ਸਿੰਘ ਬੈਂਸ ਉਹ ਵੀ ਖੜੇ ਨੇ, ਅਨੰਦਪੁਰ ਸਾਹਿਬ ਤੋਂ ਚੁਣ ਕੇ ਆਏ ਨੇ, ਕੈਬਨਿਟ ਮੰਤਰੀ ਪਹਿਲੀ ਵਾਰ ਇਹ ਬਣੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ। ਇਹਨਾਂ ਦਾ ਵੀ ਜਿਹੜਾ ਮੁੱਖ ਕਾਰਨ ਹੈ ਉਹ ਜਿਹੜੇ ਪ੍ਰਵਾਦੀ ਪਾਰਟੀਆਂ ਦੇ ਐਮਐਲਏ ਹੋਣੇ, ਕਿਉਂਕਿ ਜਿਹੜੇ ਅੱਕੇ ਆ ਨਸ਼ੇ ਦੇ, ਕਿਉਂਕਿ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈਗੀ ਆ ਕਿ ਨਵੇਂ ਚਿਹਰਿਆਂ ਨੂੰ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਹੈ ਕਿ ਨਵੇਂ ਚਿਹਰੇ ਤੇ ਨਵਾਂ ਇੱਕ ਤਰੀਕੇ ਦੇ ਨਾਲ ਪ੍ਰਦਰਸ਼ਨ ਇਹ ਕਿਸ ਕਿਹੜੇ ਵਾਲੇ ਪਾਸੇ ਜਾਏਗਾ, ਕਿਉਂਕਿ ਵਿਧਾਨ ਸਭਾ ਦੇ ਵਿੱਚ ਚੁਣ ਕੇ ਪਹਿਲੀ ਵਾਰ ਆਏ ਨੇ, ਪੱਟੀ ਤੋਂ ਜਿਹੜੇ ਵਿਧਾਇਕ ਉਹ ਚੁਣੇ ਗਏ ਨੇ, ਲਾਲਜੀਤ ਭੁੱਲਰ, ਆਦੇਸ਼ ਪ੍ਰਤਾਪ ਕੈਰੋ ਨੂੰ ਇਹਨਾਂ ਨੇ ਹਰਾਇਆ ਹੈਗਾ, ਆਦੇਸ਼ ਪ੍ਰਤਾਪ ਕੈਰੋ, ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਲਾਲਜੀਤ ਸਿੰਘ ਭੁੱਲਰ ਸਾਹਿਬ ਨਾਲ, ਕਿਉਂਕਿ ਵਿਭਾਗ ਬੋਲਦੇ ਨੇ ਪੱਟੀ ਤੋਂ ਜਿਹੜੇ ਵਿਧਾਇਕ ਚੁਣੇ ਨੇ ਕਿਸ ਤਰੀਕੇ ਦੇ ਨਾਲ ਇਹ ਪੱਟੀ ਦੇ ਹਲਕੇ ਦੇ ਲੋਕਾਂ ਦੇ ਲਈ ਕੰਮ ਕਰਨਗੇ, ਇਹਨਾਂ ਨਾਲ ਜਿਹੜਾ ਆਪਾਂ ਗੱਲਬਾਤ ਉਹ ਕਰਾਂਗੇ। ਤੇ ਹੌਲੀ ਹੌਲੀ ਜਿਹੜਾ ਸਾਡੇ ਪੰਜਾਬ ਸਿਹਤ ਸਿੱਖਿਆ ਦੇ ਬਾਰੇ ਗੱਲਬਾਤ ਉਹ ਆਮ ਆਦਮੀ ਪਾਰਟੀ ਲਗਾਤਾਰ ਕਰਦੀ ਹੈ, ਕਿਵੇਂ ਉਹ ਵਿਜ਼ਨ ਕੀ ਹੋਏਗਾ, ਕਿਹੜਾ ਵਿਭਾਗ ਕਿਹੜੇ ਮੰਤਰੀ ਨੂੰ ਮਿਲੇਗਾ, ਹਾਲਾਂਕਿ ਅਜੇ 6 ਤੋਂ 7 ਮੰਤਰੀਆਂ ਦੀ ਗੱਲਬਾਤ ਹੋਰ ਚੱਲ ਰਹੀ ਹੈ, ਕਿਉਂਕਿ 17 ਮੰਤਰੀ ਕੁੱਲ ਹੁੰਦੇ ਨੇ ਭਗਵੰਤ ਮਾਨ ਸਾਹਿਬ ਤੱਕ, ਤਾਂ 6 ਮੰਤਰੀ ਕਹਿ ਲਓ ਹੋਰ ਹਜੇ ਬੰਨੇ ਨੇ, ਤਾਂ 6 ਕਿਹੜੇ ਨਾਮ ਹੋਣਗੇ? ਲਾਲਜੀਤ ਸਿੰਘ ਭੁੱਲਰ ਸਾਡੇ ਨਾਲ ਨੇ, ਪੱਟੀ ਤੋਂ ਵਿਧਾਇਕ ਚੁਣੇ ਗਏ ਤੇ ਕੈਬਨਿਟ ਮੰਤਰੀ, ਕਿਵੇਂ ਲੱਗ ਰਿਹਾ ਸਾਰਾ ਕੁਛ ਨਵਾਂ? ਸੋਚਿਆ ਸੀ ਕਿ ਕੈਬਨਿਟ ਮੰਤਰੀ ਤੱਕ ਦਾ ਸਫ਼ਰ ਉਹ ਤੈਅ ਕਰੋਗੇ ਪਹਿਲੀ ਵਾਰ 'ਚ? ਵੇਖੋ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਦੇ ਪੱਟੀ ਹਲਕੇ ਵਾਲਿਆਂ ਦਾ, ਜਿਨ੍ਹਾਂ ਨੇ MLA ਬਣਾ ਕੇ ਮੈਨੂੰ ਬੜਾ ਵੱਡਾ ਮਾਣ ਬਖਸ਼ਿਆ, ਵਿਧਾਨ ਸਭਾ 'ਚ ਬਹਿਣ ਦਾ ਇੱਕ ਆਮ ਪਰਿਵਾਰ 'ਚੋਂ ਆਮ ਘਰ ਦੇ ਬੱਚੇ ਨੂੰ ਮੌਕਾ ਦਿੱਤਾ, ਤੇ ਮੈਂ ਇਹਦੇ 'ਚ ਬੜਾ ਸੰਤੁਸ਼ਟ ਹਾਂ, ਖੁਸ਼ ਹਾਂ। ਪਰ ਜਦੋਂ ਆਮ ਆਦਮੀ ਪਾਰਟੀ ਨੇ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਣ ਬਖਸ਼ਿਆ ਕੈਬਨਿਟ ਮਿਨਿਸਟਰ ਬਣਾਇਆ, ਤੇ ਮੇਰਾ ਸੀਨਾ ਜਿਹੜਾ ਮਾਨ ਨਾਲ ਹੋਰ ਚੌੜਾ ਹੋ ਗਿਆ। ਇਮਾਨਦਾਰੀ ਨਾਲ ਆਪਣੀ ਜਿਹੜੀ ਜ਼ਿੰਮੇਵਾਰੀ ਜਿਹੜੀ ਪੰਜਾਬ ਦੀ ਦਿੱਤੀ ਆ, ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ, ਤੇ ਬਹੁਤ ਖੁਸ਼ੀ ਆ। ਖੁਸ਼ੀ ਵੀ ਇਸ ਕਰਕੇ ਆ ਕਿ ਅਸੀਂ ਪੰਜਾਬ ਨੂੰ ਬਚਾਉਣ ਦਾ ਅਹਿਦ ਲਿਆ, ਪੰਜਾਬ ਨੂੰ ਬਚਾਵਾਂਗੇ। ਕਿਹੜਾ ਵਿਭਾਗ ਮਿਲਣ ਦੀ ਤਿਆਰੀ ਹੈ, ਕਿਹੜਾ ਵਿਭਾਗ? ਗੱਲਬਾਤ ਹੋਈ ਹੋਏਗੀ, ਸਮਾਈਲ ਤੁਹਾਡੇ ਚਿਹਰੇ ਤੇ ਵੀ ਦੱਸ ਰਹੀ ਹੈ, ਪਰ ਤੁਸੀਂ ਮੈਨੂੰ ਲੱਗਦਾ ਦੱਸਣਾ ਨਹੀਂ ਹੈਗਾ, ਕਿਹੜਾ ਵਿਭਾਗ ਹੋਏਗਾ? ਦੇਖੋ, ਜਿਹੜੀ ਵੀ ਡਿਊਟੀ ਲਾਉਣਗੇ ਤੁਹਾਨੂੰ ਪਤਾ ਲੱਗ ਜਾਣਾ, ਸਾਡੀ ਮੀਟਿੰਗ ਹੈ, ਕੈਬਨਿਟ ਮੀਟਿੰਗ ਆ, ਸੈਸ਼ਨ ਚੱਲਣਾ, ਤੇ ਉੱਥੇ ਪਤਾ ਲੱਗ ਜਾਏਗਾ। ਜੋ ਵੀ ਜ਼ਿੰਮੇਵਾਰੀ ਦੇਣਗੇ ਬੜੀ ਖੁਸ਼ੀ ਨਾਲ ਸਵੀਕਾਰ ਕਰਾਂਗੇ, ਕਿਉਂਕਿ ਸਾਨੂੰ ਸੰਤੁਸ਼ਟ ਹੋਣਾ ਚਾਹੀਦਾ। ਮੈਂ ਤੇ MLA ਬਣ ਕੇ ਸੰਤੁਸ਼ਟ ਹਾਂ, ਤੇ ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਨਾ, ਨਾਲ ਮਿਨਿਸਟਰੀ ਵੀ ਮਿਲ ਗਈ, ਬੜੀ ਕਿਰਪਾ ਪਰਮਾਤਮਾ ਦੀ, ਤੇ ਜਿਹੜੀ ਕਿਰਪਾ ਆਈ ਆ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ, ਲੋਕਾਂ ਦੀਆਂ ਆਸਾਂ ਨੂੰ ਪੂਰ ਪਾਵਾਂਗੇ। ਹੁਣ ਪੱਟੀ ਦੇ ਇਕੱਲੇ ਵਿਧਾਇਕ ਨਹੀਂ ਰਹੇ, ਹੁਣ ਪੂਰੇ ਪੰਜਾਬ ਦੇ ਕੈਬਨਿਟ ਮੰਤਰੀ ਬਣ ਗਏ ਹੋ, ਤੁਹਾਨੂੰ ਲੱਗਦਾ ਜ਼ਿੰਮੇਵਾਰੀ ਵੱਡੀ ਹੋ ਗਈ ਆ ਹੁਣ? ਵਿਧਾਇਕ ਪਹਿਲੀ ਵਾਰ ਚੁਣੇ ਸੀ ਤੇ ਹੁਣ ਪਹਿਲੀ ਵਾਰ ਕੈਬਨਿਟ ਮੰਤਰੀ, ਕਿਵੇਂ ਲੱਗਦਾ ਹੈਗਾ, ਮਹਿਸੂਸ ਕਿਵੇਂ ਕਰ ਰਹੇ ਹੋ? ਪਹਿਲਾਂ ਜ਼ਿੰਮੇਵਾਰੀ ਇਕੱਲੀ ਸਾਡੇ ਤੇ ਹੀ ਪੱਟੀ ਹਲਕੇ ਨੂੰ ਸਾਂਭਣ ਦੀ, ਪੱਟੀ ਹਲਕੇ ਨੂੰ ਵੇਖਣ ਦੀ, ਹੁਣ ਸਾਡੀ ਜ਼ਿੰਮੇਵਾਰੀ ਪੂਰੇ ਪੰਜਾਬ ਨੂੰ ਵੇਖਣ ਦੀ ਤੇ ਪੰਜਾਬ ਨੂੰ ਸਾਂਭਣ ਦੀ ਜ਼ਿੰਮੇਵਾਰੀ ਆ। ਪੰਜਾਬ ਨੂੰ ਸਾਂਭਾਂਗੇ, ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੇ, ਤੇ ਅਸੀਂ ਮੈਨੂੰ ਖੁਦ ਨੂੰ ਕੰਮ ਕਰਨ ਦਾ ਬੜਾ ਸ਼ੌਂਕ ਆ, ਕੰਮ ਕਰਨ ਦਾ ਮਜ਼ਾ ਆਊਗਾ ਇਮਾਨਦਾਰ ਬੰਦਿਆਂ ਦੇ ਨਾਲ, ਇਮਾਨਦਾਰ ਪਾਰਟੀ ਦੇ ਨਾਲ, ਤੇ ਇਮਾਨਦਾਰ ਟੀਮ ਜਿਹੜੀ ਉਹ ਅੱਗੇ ਲਾ ਕੇ ਚੱਲ ਰਹੀ ਆ। ਮਾਨ ਸਾਹਿਬ ਵੀ ਇਮਾਨਦਾਰ ਨੇ, ਕੇਜਰੀਵਾਲ ਸਾਹਿਬ ਤੇ ਇਮਾਨਦਾਰੀ ਦੇ ਥੰਮ ਨੇ, ਜੇ ਵੇਖੋ ਇਮਾਨਦਾਰੀ ਨਾਲ ਕੰਮ ਚਲਾਇਆ ਤੇ ਦਿੱਲੀ 'ਚ ਲਗਾਤਾਰ ਸਰਕਾਰ ਬਣੀ ਹੈ। ਧੰਨਵਾਦ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਤਾਂ ਹਰਜੋਤ ਸਿੰਘ ਬੈਂਸ ਉਹਨਾਂ ਨਾਲ ਵੀ ਆਪਾਂ ਗੱਲਬਾਤ ਉਹ ਕਰਾਂਗੇ ਕਿ ਉਹ ਕੀ ਸੋਚਦੇ ਨੇ ਪੂਰੇ ਇਸ ਜੋ ਅੱਜ ਕੈਬਨਿਟ ਮੰਤਰੀ ਬਣੇ ਨੇ ਹਰਜੋਤ ਸਿੰਘ ਬੈਂਸ। ਲੋ ਦੀ ਵਕਾਲਤ ਦੀ ਪੜ੍ਹਾਈ ਇਹਨਾਂ ਨੇ ਕੀਤੀ ਹੈ, ਤਾਂ ਗੁਰਮੀਤ ਸਿੰਘ ਮੀਤ ਹੇਰ ਉਹ ਵੀ ਯੂਥ ਦਾ ਇੱਕ ਵੱਡਾ ਨਾਮ ਨੇ, ਆਪਣੇ ਆਪ ਦੇ ਵਿੱਚ ਨਵੇਂ ਚਿਹਰੇ ਆਮ ਆਦਮੀ ਪਾਰਟੀ ਨੇ ਚੁਣੇ ਨੇ। ਤਾਂ ਭਗਵੰਤ ਮਾਨ ਸਾਹਿਬ ਵੀ 50 ਸਾਲ ਦੀ ਉਮਰ ਤੋਂ ਘੱਟ ਨੇ, ਤੇ ਜਿਹੜੀ ਜ਼ਿਆਦਾਤਰ ਕੈਬਨਿਟ ਹੈ ਉਹ ਵੀ 50 ਸਾਲ ਤੋਂ ਘੱਟ ਵਾਲਿਆਂ ਦੀ ਹੈ। ਤਾਂ ਕਿਵੇਂ ਇਹ ਸਾਰੀ ਜਿਹੜੀ ਕੈਬਨਿਟ ਹੈ ਉਹ ਪਰਫੋਰਮ ਕਰੇਗੀ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਆਸਾਂ ਉਮੀਦਾਂ ਆਮ ਆਦਮੀ ਪਾਰਟੀ ਤੋਂ ਬਹੁਤ ਨੇ, ਸਿਹਤ ਸਿੱਖਿਆ ਉਸ ਤੋਂ ਇਲਾਵਾ ਵਾਤਾਵਰਨ ਪੰਜਾਬ ਨੂੰ ਅੱਗੇ ਲੈ ਜਾਣ ਵਾਸਤੇ ਜਿਹੜੀ ਉਹ ਗੱਲਬਾਤ ਉਹ ਕਰਦੇ ਆਏ ਨੇ। ਤਾਂ ਕਿਸ ਤਰੀਕੇ ਨਾਲ ਕੀ ਲੱਗਦਾ ਕੀ ਹੈ ਜੀ, ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵਜੋਂ ਸਹੁੰ ਇਹਨਾਂ ਨੇ ਚੁੱਕੀ ਹੈ, ਕੀ ਕਹਿਣਾ ਚਾਹੁੰਗੇ? ਨਹੀਂ, ਬਹੁਤ ਕਾਬਲ ਮੈਨੂੰ ਨੌਜਵਾਨ ਆ, ਜੇ ਇਸ ਤਰ੍ਹਾਂ ਦੇ ਬੰਦੇ ਹੀ ਆ ਕੇ ਸੁਧਾਰ ਕਰਨਗੇ। ਸੁਖਵੀਰ ਸਿੰਘ ਮਾਈਸਰ ਖਾਨਾ ਜਿਹੜੇ ਨੇ ਮੋੜ ਹਲਕੇ ਤੋਂ ਜਿੱਤ ਕੇ ਆਏ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਮਾਈਸਰ ਖਾਨਾ ਜੀ, ਤੁਹਾਡੀ ਸਾਡੀ ਉਮਰ ਦੇ ਨੇ ਜਿਹੜੇ ਚੁਣ ਕੇ ਆਏ ਨੇ ਇਸ ਵਾਰ, ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਕਿ ਕੀ ਲੱਗਦਾ ਆਮ ਆਦਮੀ ਪਾਰਟੀ ਨਵੇਂ ਚਿਹਰਿਆਂ ਨੂੰ ਕਿਸ ਮੌਕਾ ਦੇ ਰਹੀ ਹੈ, ਇਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਆਮ ਆਦਮੀ ਪਾਰਟੀ ਨੇ ਆਪਦੀ 10 ਮੈਂਬਰੀ ਦੀ ਟੀਮ ਮਾਨ ਸਾਹਿਬ ਨੇ ਆਪਦੀ ਚੁਣੀ ਹੈ, ਔਰ ਨਵੇਂ ਚਿਹਰੇ ਨੇ। ਸਾਨੂੰ ਖੁਸ਼ੀ ਹੈ ਕਿ ਸਾਡੇ ਯੂਥ ਲੀਡਰ ਰਹੇ ਨੇ, ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਯੂਥ 'ਚ ਕੰਮ ਕੀਤਾ, ਔਰ ਆਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਹੁਣ ਯੂਥ ਵੀ ਪਹਿਰਾ ਜੱਜ ਕੇ ਦੇਵੇਗਾ। ਸਾਡੇ ਯੂਥ ਲੀਡਰ ਨੇ ਹਰਜੋਤ ਬੈਂਸ ਜੀ, ਯੂਥ ਲੀਡਰ ਨੇ ਸਾਡੇ ਗੁਰਮੀਤ ਸਿੰਘ ਮੀਤ ਹੇਅਰ ਜੀ,
ਜੋਤ ਨੂੰ ਮੌਕਾ ਮਿਲਿਆ ਬਹੁਤ ਖੁਸ਼ੀ। ਹਰਜੋਤ ਸਿੰਘ ਬੈਂਸ ਸਾਡੇ ਨਾਲ ਨੇ, ਬੈਂਸ ਸਾਹਿਬ ਕੀ ਕਹਿਣਾ ਚਾਹੋਗੇ? ਬੈਂਸ ਸਾਹਿਬ ਕਿਵੇਂ ਦਾ ਲੱਗ ਰਿਹਾ ਹੈਗਾ? ਨਵੇਂ ਚਿਹਰੇ ਹੋ ਤੇ ਉਮਰ ਵੀ ਬਹੁਤ ਥੋੜੀ ਹੈ, ਕਿਵੇਂ ਲੱਗਦਾ ਹੈਗਾ? ਬਹੁਤ ਵੱਡੀ ਜ਼ਿੰਮੇਵਾਰੀ ਹੈ, ਸੁਪਨਾ ਹੈ ਜੀ। ਮੇਰਾ ਸੁਪਨਾ ਸੀ ਪੰਜਾਬ ਲਈ ਕੁਛ ਕਰਨਾ, ਅੱਜ ਉਹ ਰੱਬ ਨੇ ਕਹਿਤਾ ਹੁਣ ਕਰਕੇ ਦਿਖਾ, ਕੰਮ ਕਰਕੇ ਦਿਖਾਣਾ। ਆਮ ਆਦਮੀ ਪਾਰਟੀ ਨਾਲ ਕਾਫੀ ਸਮਾਂ ਹੋ ਗਿਆ, ਸ਼ੁਰੂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹੋ, ਐਂਟੀ ਕਰਪਸ਼ਨ ਮੂਵਮੈਂਟ ਦੇ ਵਿੱਚ ਕੰਮ ਕੀਤਾ, ਕੇਜਰੀਵਾਲ ਸਾਹਿਬ ਨੇ ਮੌਕਾ ਦਿੱਤਾ ਹੈਗਾ, ਪਰਫਾਰਮ ਕਿਵੇਂ ਕਰੋ? ਮੈਂ ਤੁਹਾਨੂੰ ਕਿਹਾ ਜੀ, ਚੰਗੀ ਨੀਅਤ ਨਾਲ, ਚੰਗੀ ਨਿਸ਼ਠਾ ਦੇ ਨਾਲ ਕੰਮ ਕਰਾਂਗੇ ਜੀ। ਜੋ ਵੀ ਮਸਲਾ ਆਵੇ, ਵੱਡੇ ਸਮੱਸਿਆਵਾਂ ਨੇ, ਪਰ ਹੱਲ ਲੱਭ ਕੇ ਲੈ ਕੇ ਆਵਾਂਗੇ, ਜਿੱਥੋਂ ਮਰਜ਼ੀ ਲੱਭਣਾ ਪਵੇ। ਜਿਹੜਾ ਵਿਭਾਗ ਮਿਲਣ ਦੀ ਤਿਆਰੀ? ਮੈਂ ਤਾਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿਹਾ, ਜਿਹੜਾ ਸਭ ਤੋਂ ਔਖਾ ਲੱਗਦਾ, ਜਿਹੜੇ ਬਾਕੀ ਕਹਿੰਦੇ ਨਹੀਂ ਲੈਣਾ, ਉਹ ਮੈਨੂੰ ਦੇਣਾ। ਕਹਿੰਦੇ ਨੇ ਵਾਅਦੇ ਬਹੁਤ ਕੀਤੇ ਹੋਏ ਨੇ ਕਿ ਪੂਰੇ ਹੋ ਜਾਣਗੇ, ਕਿ ਕਈ ਵਾਰ ਹੁੰਦਾ ਨਾ ਵਾਅਦਿਆਂ ਤੋਂ ਵੱਧ ਡਿਲੀਵਰ ਕਰਾਂਗੇ ਵੀਰਾ ਜੀ, ਵਾਅਦਿਆਂ ਤੋਂ ਵੱਧ ਡਿਲੀਵਰ ਕਰਾਂਗੇ ਤੇ ਪੰਜਾਬ ਮਾਡਲ ਦੇ ਸਿਰ ਦੇ ਉੱਤੇ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ। ਇਹ ਹਰਜੋਤ ਬੈਂਸ ਦਾ ਸੁਪਨਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ। ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਉਮੀਦ ਹੈ, ਹੁਣ ਪੂਰੇ ਪੰਜਾਬ ਦੇ ਲੋਕਾਂ ਨੂੰ ਉਮੀਦ ਤੁਹਾਡੇ ਤੋਂ ਜਾਗੀ ਹੈ? ਪਹਿਲਾਂ ਮੇਰੀ ਧਰਤੀ, ਮੇਰਾ ਪਿੰਡ, ਮੇਰੇ ਹਲਕੇ ਦਾ ਧੰਨਵਾਦ, ਕਿਉਂਕਿ ਉਹਨਾਂ ਸਦਕਾ ਮੈਂ ਵਿਧਾਇਕ ਬਣਾ, ਉਹਨਾਂ ਵਿਧਾਇਕ ਤੋਂ ਫਿਰ ਮੰਤਰੀ ਬਣਿਆ ਤੇ ਉਹਨੇ ਮੈਨੂੰ ਵੋਟਾਂ ਪਾਈਆਂ। ਹੁਣ ਮੈਨੂੰ ਇੰਨੀ ਖੁਸ਼ੀ ਹੈ ਕਿ ਹੁਣ ਮੈਨੂੰ ਕਿਸੇ ਕੋਲ ਨਹੀਂ ਜਾਣਾ ਪੈਣਾ, ਆਪਣੇ ਹਲਕੇ ਲਈ ਮੈਂ ਆਪ ਕੰਮ ਕਰ ਸਕਦਾ। ਸਭ ਤੋਂ ਵੱਡੀ ਹੈ ਤੇ ਆਪਣੇ ਹਲਕੇ ਨੂੰ ਚਮਕਾਵਾਂਗੇ, ਜੇ ਆਪਣਾ ਘਰ ਨਹੀਂ, ਆਪਣੇ ਆਪਣਾ ਪਿੰਡ ਨਹੀਂ ਸੁਧਰ, ਪੰਜਾਬ ਕਿੱਥੋਂ ਸੁਧਰੂਗਾ? ਮੁਬਾਰਕਾਂ ਮੰਤਰੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਤੇ ਇੱਕ ਹੋਰ ਬੇਨਤੀ ਹੈ ਜੀ, ਇਹ ਅਸੀਂ ਇਕੱਲੇ ਨਹੀਂ ਕਰ ਸਕਦੇ, ਸਾਡੇ ਮੀਡੀਆ ਦੀ ਲੋੜ ਹੈ, ਸਾਰੇ ਪੰਜਾਬ ਦੀ ਲੋੜ। ਆਓ, ਆਈਡੀਆਜ਼ ਲੈ ਕੇ ਆਓ, ਮੇਰਾ ਹਰ ਵੇਲੇ ਮੈਂ ਅਵੇਲੇਬਲ ਹੈ, ਮੈਨੂੰ ਟਵਿੱਟਰ ਤੇ ਭੇਜੋ, ਫੇਸਬੁੱਕ ਤੇ ਭੇਜੋ, ਚੰਗੇ ਸੁਝਾਅ ਹੋਣਗੇ ਪੰਜਾਬ ਲਈ ਕੰਮ ਕਰਨ। ਤਾਂ ਕਹਿ ਰਹੇ ਨੇ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਸੱਦਾ ਹੈਗਾ ਕਿ ਆਪਣੇ ਸੁਝਾਅ ਸਾਨੂੰ ਦਿਓ ਕਿ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਹਾਂ। ਤਾਂ ਇਹ ਗੱਲਬਾਤ ਇਹ ਆਖਰੇ ਨੇ, ਤਾਂ ਨਵੇਂ ਚਿਹਰੇ ਜਿਹੜੇ ਚੁਣ ਕੇ ਆਏ ਨੇ ਹਰਜੋਤ ਸਿੰਘ ਬੈਂਸ, ਉਹ ਆਖਰੇ ਨੇ ਕਿ ਕੁਝ ਚੰਗਾ ਉਹ ਪੰਜਾਬ ਦੇ ਲਈ ਅਸੀਂ ਕਰਨਾ ਹੈ ਤੇ ਜਿੰਨਾ ਕਿਹਾ ਉਸ ਤੋਂ ਕਿਤੇ ਵੱਧ ਉਹ ਅਸੀਂ ਕਰਾਂਗੇ, ਇਹ ਗੱਲ ਕਹਿ ਰਹੇ ਨੇ। ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਤੇ ਇਸ ਵੇਲੇ ਇਹ ਕੈਬਨਿਟ ਮੰਤਰੀ ਉਹ ਜਿਹੜੇ ਚੁਣੇ ਗਏ ਨੇ ਵਜੋਂ, ਤੇ ਹੁਣ ਕੀ ਕਹਿਣਗੇ ਇਹਨਾਂ ਨਾਲ ਵੀ ਗੱਲਬਾਤ ਉਹ ਜਿਹੜੀ ਉਹ ਆਪਾਂ ਕਰਾਂਗੇ। ਇੱਧਰ ਭਗਵੰਤ ਮਾਨ ਦੇ ਜਿਹੜੇ ਭੈਣ ਜੀ ਨੇ ਉਹ ਵੀ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਭੈਣ ਜੀ, ਕਿਵੇਂ ਕੀ ਕਹਿਣਾ ਚਾਹੋਗੇ? ਮਾਨ ਸਾਹਿਬ ਦੇ ਮੋਢਿਆਂ ਤੇ ਜ਼ਿੰਮੇਵਾਰੀਆਂ ਬਹੁਤ ਨੇ, ਕੀ ਲੱਗਦਾ ਹੈ ਕਿ ਮਾਨ ਸਾਹਿਬ ਕਿਸ ਤਰੀਕੇ ਨਾਲ ਇਹ ਸਾਰੀ ਜ਼ਿੰਮੇਵਾਰੀ ਚੁੱਕ? ਨਹੀਂ, ਇਹ ਬਾਈ ਜੀ ਲਈ ਕੋਈ ਨਵਾਂ ਕੰਮ ਨਹੀਂ ਹੈਗਾ ਜੀ, 10 ਸਾਲ ਹੋ ਗਏ ਉਹਨਾਂ ਨੂੰ ਰਾਜਨੀਤੀ ਚ, ਤੇ ਉਹਨਾਂ ਨੇ ਆਪਣਾ ਹਰ ਇੱਕ ਫਰਜ਼ ਬਹੁਤ ਬਾਖੂਬੀ ਨਿਭਾਇਆ, ਪਹਿਲਾਂ ਐਜ਼ ਅ ਮੈਂਬਰ ਪਾਰਲੀਮੈਂਟ ਤੇ ਹੁਣ ਐਜ਼ ਅ ਸੀਐਮ, ਬਹੁਤ ਵਧੀਆ ਨਿਭਾਉਣਗੇ ਕਿਉਂਕਿ ਲੋਕਾਂ ਨੇ ਬਹੁਤ ਪ੍ਰਚੰਡ ਬਹੁਮਤ ਦਿੱਤਾ ਹੈ ਤੇ ਬਹੁਤ ਭਰੋਸੇ ਨਾਲ ਉਹਨਾਂ ਨੂੰ ਵੋਟ ਪਾਈ ਹੈ ਤੇ ਉਸ ਭਰੋਸੇ ਤੇ ਉਹ ਜ਼ਰੂਰ ਪੂਰਾ ਉਤਰਨਗੇ। ਬਹੁਤ ਸਾਰੇ ਲੋਕਾਂ ਨੂੰ ਉਦੋਂ ਖੁਸ਼ੀ ਹੋਈ ਕਿ ਤੁਹਾਡੇ ਭਤੀਜਾ ਭਤੀਜੀ ਅਮਰੀਕਾ ਤੋਂ ਆਏ, ਭਗਵੰਤ ਮਾਨ ਸਾਹਿਬ ਦੇ ਬੇਟਾ ਬੇਟੀ ਆਏ ਨੇ, ਤੇ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਪਰਿਵਾਰ ਮੁੜ ਦੁਬਾਰਾ ਇਕੱਠਾ ਹੋਇਆ? ਬਹੁਤ ਖੁਸ਼ੀ ਹੋ ਰਹੀ ਹੈ, ਹਰ ਇੱਕ ਨੂੰ ਇਹ ਤਾਂ ਮਤਲਬ ਹੁੰਦਾ ਹੀ ਹੈ, ਕੁਦਰਤੀ ਹੈ, ਬਹੁਤ ਖੁਸ਼ੀ ਹੋ ਰਹੀ ਹੈ। ਤਾਂ ਹੁਣ ਮਾਨ ਸਾਹਿਬ ਦੇ ਲਈ ਜ਼ਿੰਮੇਵਾਰੀਆਂ ਤੁਸੀਂ ਕਿੰਨੀ ਕੁ ਮੰਨਦੇ ਹੋ, ਕਿਉਂਕਿ ਪਿੰਡ ਵੀ ਜਾ ਕੇ ਆਏ ਨੇ ਸਤੋਜ, ਤੁਸੀਂ ਕੀ ਸੁਨੇਹਾ ਦੇ ਰਹੇ ਹੋ, ਕੀ ਕਹਿ ਰਹੇ ਹੋ ਮਾਨ ਸਾਹਿਬ ਨੂੰ? ਕਿਉਂਕਿ ਬੀਜੀ ਉਦਨ ਕਹਿ ਰਹੇ ਸੀਗੇ ਕਿ ਮਾਨ ਸਾਹਿਬ ਇਕੱਲੇ ਮੇਰੇ ਪੁੱਤ ਨਹੀਂ, ਪੂਰੇ ਪੰਜਾਬ ਦੇ ਮਾਵਾਂ ਦੇ ਪੁੱਤ। ਸਹੀ ਗੱਲ ਹੈ, ਬਿਲਕੁਲ, ਮੈਂ ਤਾਂ ਇਹ ਕਹਿੰਦੀ ਹਾਂ ਇਕੱਲੀ ਮੈਂ ਭੈਣ ਨਹੀਂ ਹੈਗੀ ਉਹਨਾਂ ਦੀਆਂ ਸਾਰੀਆਂ ਪੰਜਾਬ ਦੀਆਂ ਉਹਨਾਂ ਭੈਣਾਂ ਨੇ, ਕਿਉਂਕਿ ਜਿੱਥੇ ਵੀ ਜਾਂਦੇ ਹਾਂ ਤਾਂ ਸਾਰੀਆਂ ਭੈਣਾਂ ਹੀ ਕਹਿੰਦੇ ਨੇ ਆਪਣਾ ਭਰਾ ਜਿੱਤ ਗਿਆ, ਮਤਲਬ ਜਿਹੜਾ ਭਰੋਸਾ ਹੈ, ਜਿਹੜਾ ਇਹ ਯਕੀਨ ਹੈ, ਇਹ ਪਰਮਾਤਮਾ ਜ਼ਰੂਰ ਬਣਾਈ ਰੱਖੂਗਾ, ਕਿਉਂਕਿ ਇਹ ਪਰਮਾਤਮਾ ਆਸ਼ੀਰਵਾਦ ਨਾਲ ਹੈ ਤੇ ਭੈਣਾਂ ਦਾ ਪਿਆਰ ਨਾਲ ਹੈ, ਉਹ ਜ਼ਰੂਰ ਕਾਮਯਾਬ ਹੋਣਗੇ। ਪੰਜਾਬ ਦੀਆਂ ਮਹਿਲਾਵਾਂ ਦੇ ਲਈ ਬਹੁਤ ਸਾਰੇ ਵਾਅਦੇ ਉਹ ਕੇਜਰੀਵਾਲ ਸਾਹਿਬ ਨੇ ਕੀਤੇ ਨੇ, ਗਰੰਟੀਆਂ ਦਿੱਤੀਆਂ ਨੇ ਭਗਵੰਤ ਮਾਨ ਸਾਹਿਬ ਨੇ, ਕਦੋਂ ਕੁ ਲੱਗਦਾ ਕਿ ਪੂਰੀਆਂ ਹੋ ਜਾਣਗੀਆਂ? ਹੁਣ 1 ਅਪ੍ਰੈਲ ਤੋਂ ਕਹਿਤਾ ਦਿੱਤਾ, ਉਹਦੇ ਚਾਹਤਾ ਗਿਆ 1 ਅਪ੍ਰੈਲ ਤੋਂ, ਇਹ ਕੋਈ ਇਹ ਨਹੀਂ ਹੋਊਗਾ ਵੀ 6 ਮਹੀਨੇ ਲੱਗਣਗੇ, ਸਾਲ ਲੱਗੂਗਾ। ਇਹ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਲਈ, ਲੋਕਾਂ ਨੇ ਬਣਾਈ ਹੈ, ਲੋਕਾਂ ਲਈ ਬਣੀ ਹੈ, ਇਹਦੇ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਗਰੰਟੀਆਂ ਨੇ ਉਸ ਤੋਂ ਵੱਧ ਕੇ ਦੇਣਾ ਹੈਗਾ, ਕਿਉਂਕਿ ਉਹ ਤਾਂ ਦੇਣੀਆਂ ਦੇਣੀਆਂ ਨੇ, ਉਹ ਤਾਂ ਗਰੰਟੀ ਲੈ ਚੁੱਕੇ ਨੇ, ਉਸ ਤੋਂ ਵੱਧ ਕੇ ਦੇਣਾ ਹੈਗਾ। ਲੋਕਾਂ ਦੇ ਸਾਥ ਦੀ ਬਹੁਤ ਮਤਲਬ ਜਿਵੇਂ ਕਹਿ ਦੋ ਲੋੜ ਹੈ ਤੇ ਲੋਕ ਦੇ ਵੀ ਰਹੇ ਹੈ, ਤੇ ਪਰਮਾਤਮਾ ਦੇ ਆਸ਼ੀਰਵਾਦ ਦੀ ਬਹੁਤ ਬਹੁਤ ਧੰਨਵਾਦ। ਤਾਂ ਕਹਿ ਰਹੇ ਨੇ ਕਿ ਇਸ ਵਾਰ ਭਗਵੰਤ ਮਾਨ ਸਾਹਿਬ ਨੂੰ ਮੌਕਾ ਉਹ ਦਿੱਤਾ ਹੈਗਾ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ, ਕੀ ਕਹਿਣਾ ਚਾਹੋਗੇ? ਭਗਵੰਤ ਮਾਨ ਸਾਹਿਬ ਜਿੱਤ ਕੇ ਆਏ ਨੇ, ਕੀ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ, ਅਸੀਂ ਤਾਂ ਬਹੁਤ ਖੁਸ਼ ਹਾਂ, ਅੱਜ ਇਸ ਮੁਕਾਮ ਤੇ ਪਹੁੰਚ ਗਏ ਮਾਮਾ ਜੀ, ਸਾਨੂੰ ਤਾਂ ਬਹੁਤ ਖੁਸ਼ੀ ਹੈ। ਆਪਣੇ ਹੁਣ ਤਾਂ ਪਹਿਲਾਂ ਹੁੰਦਾ ਨਾ ਮਾਮਾ ਜੀ ਜਿੱਤ ਗਏ ਨੇ, ਤੇ ਉਸ ਤੋਂ ਬਾਅਦ ਮਾਮਾ ਜੀ ਨੂੰ ਕੀ ਕਿਹਾ? ਸਭ ਤੋਂ ਪਹਿਲੀ ਜਿਹੜੀ ਸਿਫਾਰਿਸ਼ ਹੈ ਜਾਂ ਮਾਮਾ ਜੀ ਨੂੰ ਸਭ ਤੋਂ ਪਹਿਲਾਂ ਕਿਹਾ ਕਿ ਇਹ ਕੰਮ ਕਰਾਉਣਾ ਹੈਗਾ, ਉਹ ਕਿਹੜਾ ਹੈਗਾ? ਨਹੀਂ ਨਹੀਂ, ਸਿਫਾਰਿਸ਼ ਤਾਂ ਨਹੀਂ, ਤਾਂ ਵਧਾਈ ਦਿੱਤੀ ਸੀਗੀ ਜੀ, ਵੀ ਬਹੁਤ ਮੁਬਾਰਕਾਂ ਹੋ ਗਏ ਤੁਹਾਨੂੰ ਸੀ ਐਮ ਬਣੇ ਦੀਆਂ, ਅਸੀਂ ਨਾਲ ਹੀ ਸੀਗੇ, ਰਿਜ਼ਲਟ
ਤਾਂ ਕਹਿ ਰਹੇ ਨੇ ਕਿ ਭਗਵੰਤ ਮਾਨ ਸਾਹਿਬ ਦੇ ਜਿਹੜੇ ਪਰਿਵਾਰਕ ਜੀ ਨੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਕੁਝ ਅੱਛਾ ਉਹ ਕਰਾਂਗੇ। ਹਰਪਾਲ ਸਿੰਘ ਚੀਮਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਸੀ ਇਸ ਵਾਰ ਜਿੱਤ ਕੇ ਆਏ ਨੇ। ਗੱਲਬਾਤ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਰਪਾਲ ਸਿੰਘ ਚੀਮਾ ਜੀ ਵਿਰੋਧੀ ਧਿਰ ਦੇ ਨੇਤਾ ਸੀਗੇ ਤੇ ਦੜਬਾ ਤੋਂ ਸੰਗਰੂਰ ਦੇ ਦੜਬਾ ਤੋਂ ਜਿੱਤ ਕੇ ਆਏ ਨੇ ਤੇ ਉਮੀਦਾਂ ਬਹੁਤ ਨੇ ਜੀ। ਬਿਲਕੁਲ ਬਿਲਕੁਲ ਤਾਂ ਇਹਨਾਂ ਨਾਲ ਵੀ ਗੱਲਬਾਤ ਉਹ ਕਰਾਂਗੇ, ਪੁੱਛਾਂਗੇ ਕਿ ਕਿਉਂਕਿ ਵਾਅਦੇ ਬਹੁਤ ਕੀਤੇ ਨੇ ਆਮ ਆਦਮੀ ਪਾਰਟੀ ਨੇ, ਉਹਨਾਂ ਨੂੰ ਪੂਰੇ ਕਿਸ ਤਰੀਕੇ ਨਾਲ ਕਰਨਗੇ, ਕਿਸ ਤਰੀਕੇ ਨਾਲ ਲੋਕ ਉਮੀਦ ਲਾ ਕੇ ਬੈਠਣ। ਚੀਮਾ ਸਾਹਿਬ, ਚੀਮਾ ਸਾਹਿਬ ਬਿਲਕੁਲ ਬੇਰੁਜ਼ਗਾਰੀ ਤੇ ਵੀ ਹਰਾ ਪੈਨ ਚਲੇਗਾ, ਕਰਪਸ਼ਨ ਕੇ ਅਗੇਂਸਟ ਵੀ ਹਰਾ ਪੈਨ ਚਲੇਗਾ। ਚੀਮਾ ਸਾਹਿਬ ਹੁਣ ਬਿਲਕੁਲ ਜ਼ਿੰਮੇਵਾਰੀ ਪੰਜਾਬ ਕੋ ਇੱਕ ਸੁਨਹਿਰਾ ਔਰ ਰੰਗਲਾ ਪੰਜਾਬ ਬਣਾਉਣ ਦੀ ਜ਼ਿੰਮੇਵਾਰੀ ਪੰਜਾਬ ਕੇ ਲੋਕਾਂ ਨੇ ਦੀ ਹੈ, ਉਸ ਪੇ ਹਮ 100% ਖਰੇ ਉਤਰੇਂਗੇ। ਚੀਮਾ ਸਾਹਿਬ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕੈਬਨਿਟ ਮੰਤਰੀ ਵਜੋਂ, ਕਹਿ ਰਹੇ ਸੀ ਕਿ ਬਹੁਤ ਸਾਰੇ ਪੁਰਾਣੇ ਚਿਹਰੇ ਹੋ ਸਕਦੇ ਨੇ ਪਰ ਦੋ ਹੀ ਚਿਹਰੇ ਜਿਹੜੇ ਇਸ ਵੇਲੇ ਲੈ ਗਏ ਨੇ, ਕਿ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਾਰਟੀ ਨੇ ਬਿਲਕੁਲ ਬਿਲਕੁਲ ਜਿਹੜਾ ਹੈਗਾ ਸਾਰੇ ਵਰਗਾਂ ਨੂੰ ਸਾਰੇ ਇਲਾਕਿਆਂ ਨੂੰ ਪ੍ਰਾਥਮਿਕਤਾ ਦਿੱਤੀ ਹੈਗੀ ਔਰ ਸਾਰੇ ਪੂਰੇ ਪੰਜਾਬ ਦਾ ਜਿਹੜਾ ਹੈਗਾ ਇੱਕ ਸਾਰੇ ਵਰਗਾਂ ਦਾ ਇੱਕ ਸਾਰ ਵਿਕਾਸ ਹੋਊਗਾ। ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਲੱਗਦਾ ਹੁਣ ਜ਼ਿੰਮੇਵਾਰੀ ਵੱਡੀ ਹੋ ਗਈ ਹੈ ਤੇ ਉਹਦੇ ਉੱਤੇ ਜ਼ਿੰਮੇਵਾਰੀ ਤੇ ਚੁਣੌਤੀਆਂ ਹਮੇਸ਼ਾ ਵੱਡੀਆਂ ਹੁੰਦੀਆਂ ਨੇਗੀਆਂ, ਉਹਨਾਂ ਚੁਣੌਤੀਆਂ ਦਾ ਸਾਹਮਣਾ ਇਨਸਾਨ ਨੇ ਕਰਨਾ ਹੁੰਦਾ, ਬਿਲਕੁਲ ਸਾਹਮਣਾ ਕਰਾਂਗੇ ਔਰ ਡਟ ਕੇ ਸਾਰੀਆਂ ਚੁਣੌਤੀਆਂ ਸਾਹਮਣਾ ਕਰਕੇ ਜਿੰਨੀਆਂ ਵੀ ਸਮੱਸਿਆਵਾਂ ਨੇ ਪੰਜਾਬ ਚ ਸਾਰੀਆਂ ਦਾ ਖਾਤਮਾ ਕਰਾਂਗੇ। ਖਜ਼ਾਨਾ ਮੰਤਰੀ ਕੌਣ ਬਣ ਰਿਹਾ ਜੀ ਫਿਰ? ਇਹ ਤਾਂ ਸਾਡੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਤੈਅ ਕਰਨਗੇ ਕਿਹੜੀ ਕਿਹੜੀ ਜ਼ਿੰਮੇਵਾਰੀ ਹੋਊਗੀ, ਉਹ ਜਿਹੜੀ ਵੀ ਜ਼ਿੰਮੇਵਾਰੀ ਜਿਹਨੂੰ ਮਿਲੂਗੀ ਉਹ 100% ਉਹਨੂੰ ਦਿਖਾਰਾ ਉਤਰੂਗਾ। ਲੋਕ ਕਹਿੰਦੇ ਕਿ ਖਜ਼ਾਨਾ ਖਾਲੀ ਹੈ ਪਰ ਫਿਰ ਖਜ਼ਾਨਾ ਮੰਤਰੀ ਤੌਰ ਦੇ ਉੱਤੇ ਜੇ ਕੋਈ ਵੀ ਬਣਦਾ ਹੈਗਾ ਤੁਹਾਡੇ 'ਚ ਉਹ ਜ਼ਿੰਮੇਵਾਰੀ ਬਹੁਤ ਵੱਡੀ ਹੋਊਗੀ। ਖਜ਼ਾਨਾ ਭਰਾਂਗੇ ਛੋਟੇ ਵੀਰ, ਸਾਰਾ ਖਜ਼ਾਨਾ ਉਦੋਂ ਭਰੂਗਾ ਜਦੋਂ ਭ੍ਰਿਸ਼ਟਾਚਾਰ ਖਤਮ ਹੋ ਗਿਆ, ਜਦੋਂ ਜਿਹੜਾ ਰੇਤ ਮਾਫੀਆ ਚਲਾਉਣ ਵਾਲੇ ਨੇ ਉਹ ਖਤਮ ਹੋ ਚੁੱਕੇ ਨੇਗੇ। ਰੇਤ ਮਾਫੀਆ, ਸ਼ਰਾਬ ਦਾ ਮਾਫੀਆ, ਟਰਾਂਸਪੋਰਟ ਦਾ ਮਾਫੀਆ, ਇਹ ਸਾਰੇ ਮਾਫੀਆ ਖਤਮ ਹੋ ਗਏ ਤਾਂ ਪੰਜਾਬ ਸਾਰਾ ਪੈਸਾ ਖਜ਼ਾਨੇ 'ਚ ਹੀ ਆਉਣਾਗਾ। ਕਿਤੇ ਹਿੱਸੇਦਾਰ ਨਵੇਂ ਤਾਂ ਨਹੀਂ ਲੱਭ ਲੈਣਗੇ ਤੁਹਾਡੀ ਪਾਰਟੀ 'ਚੋਂ? ਅਰਵਿੰਦ ਕੇਜਰੀਵਾਲ ਜੀ ਨੇ, ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕੋ ਗੱਲ ਕਿਹਾ ਹੈਗਾ ਕਿ ਭ੍ਰਿਸ਼ਟਾਚਾਰ ਦਾ ਜੜ ਤੋਂ ਖਾਤਮਾ ਕਰਨਾ ਗਾ। ਜਿਹੜਾ ਵੀ ਭ੍ਰਿਸ਼ਟਾਚਾਰ ਕਿਤੇ ਵੀ, ਚਾਹੇ ਉਹ ਸਾਡੀ ਪਾਰਟੀ ਦਾ ਕੋਈ ਨੁਮਾਇੰਦਾ ਜਾਂ ਨੇਤਾ ਗਾ, ਜਿਹੜਾ ਵੀ ਕਰੂਗਾ ਉਹਨੂੰ ਬਾਹਰ ਦਾ ਰਸਤਾ ਦਿਖਾਵਾਂਗੇ, ਜੋ ਭ੍ਰਿਸ਼ਟਾਚਾਰ ਕਰੂਗਾ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਵਾਵਾਂਗੇ। ਧੰਨਵਾਦ ਜੀ। ਤਾਂ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਨੇਤਾ ਸੀ ਪਰ ਹੁਣ ਕੈਬਨਿਟ ਮੰਤਰੀ ਵਜੋਂ ਇਹਨਾਂ ਨੇ ਅੱਜ ਸਹੁੰ ਚੁੱਕ ਲਈ ਹੈ, ਤਾਂ ਕਹਿ ਰਹੇ ਨੇ ਕਿ ਕੁਝ ਚੰਗਾ ਕਰਾਂਗੇ ਤੇ ਨਾਲ ਦੀ ਨਾਲ ਕਹਿ ਰਹੇ ਨੇ ਖਜ਼ਾਨਾ ਵੀ ਭਰਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਕਿਤੇ ਹੋਏ ਜਿਹੜੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਆ ਉਹਨਾਂ ਨੂੰ ਵੀ ਪੂਰੇ ਕਰਾਂਗੇ, ਪਰ ਪੂਰੇ ਕਦੋਂ ਹੋਣਗੇ, ਇਸ ਦੇ ਉੱਤੇ ਗੱਲਬਾਤ ਅੱਗੇ ਕਦੋਂ ਤੁਰੂਗੀ ਉਹ ਵੀ ਤੁਹਾਨੂੰ ਦੱਸਾਂਗੇ। ਪਰ ਅੱਜ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਹੈ, ਉਸ ਦੇ ਵਿੱਚ ਕੀ ਐਲਾਨ ਹੋਣਗੇ ਵੱਡੇ, ਕਿਉਂਕਿ ਕਿਹਾ ਜਾ ਰਿਹਾ ਕਿ 1 ਅਪ੍ਰੈਲ ਤੋਂ ਵੱਡੀਆਂ ਅਨਾਊਂਸਮੈਂਟਸ ਹੋ ਸਕਦੀਆਂ ਨੇ, ਉਹਨਾਂ ਦੇ ਵਿੱਚੋਂ ਕੀ ਹੋ ਸਕਦਾ ਹੈਗਾ ਇਹ ਵੀ ਦੇਖਣ ਵਾਲਾ ਹੋਏਗਾ। ਪੰਜਾਬ ਕੈਬਨਿਟ ਦੇ ਵੀ ਤੁਹਾਨੂੰ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਵਿਖਾਵਾਂਗੇ ਕਿ ਉਸ ਦੇ ਵਿੱਚ ਕੀ ਕੁਝ ਖਾਸ ਰਿਹਾ, ਜੇ ਪ੍ਰੈਸ ਕਾਨਫਰੰਸ ਹੁੰਦੀ ਹੈ ਉਹ ਵੀ ਤੁਹਾਨੂੰ ਵਿਖਾਵਾਂਗੇ।